اللهم كل ولي قال حجت ابن الحسن عليه السلام صلوات قال حوالا بي في هذه الساعات وفي كل ساعات من ساعات دليل ونهار ولي وحافظا وقائدا وناصرا ودليل وين الحتا تسكن هو رزق توبن وتمتع في ها طويلا اللهم صل على محمد وعلى محمد يا مولتي يا سيد توبي سيني يا مولتي يا سيد توبي سيني اللهم صل على محمد وعلى محمد زار زبان حسین بادشاہ دی عظمت تے مل کے صلوات پڑھو مجمع کافی سارے صلوات دی آواز کم ہے سارے زبان مل کے اونچی آواز نال صلوات پڑھو پتہ لگے کہ شامل ہو ماشاء اللہ لا حول ولا قوة الا بالله بسم اللہ کروڑا لو بندہ ذاکر لمبے پڑھن نال نہیں ہوندا بابا جی بندہ ذاکر اتنا ہوندا جتنا مخدوم ہے شام بڑا چھوڑے میرے بعد میرے وڈے بھائی ممبر تشریف فرمائے زیادہ انتظار نہیں کرانا پورا اسلام علی بادشاہ دا ممنوع پورا اسلام علی بادشاہ دا ممنوع پوری انسانیت حسین دی ممنوع بھائی عالم آباد چند بندہ سجے کبھی جتے چند بندہ توجہ کیتی ہے چند بندے اگلی منزل تے پہنچ گئے جو میں پڑھنا چاہنا ایک دفعہ دل میرا وقت بھی ہے میں وقت چاہ کھا قدیمی زدار ہے کچھی ہے میرا وقت ہے ہر زدار کو سمجھا کے لفظ آکھنا چاہنا پورا اسلام علی بادشاہ دا ممنوع پوری انسانیت حسین دی ممنون حسین شام علی بھین دا ممنون تیرے سمجھن تو صدقی رونا تیرے واسطے میں نوکر ہوں رونا تیرے واسطے نہیں زدار آوان حسین شام علی بھین دا ممنون میں نے دیکھتا جا میں ہوں بی بی دے لکھ کے پڑھنا جڑی شام غریب ہم بھیرا مرا کے چادر لٹا کے دویں سار پہ رکھ کے نجب دو مو کر کے کڑیا دیا بابا علی پتران دی جنگ رٹھیا بھی آلی ادھا پارا دے دعا منگی کر شالا ہن جوا بے سردار فیروز خان میں دیکھنا جانا جڑا دے ساری زندگی مجلس ہی گیا رومن نہیں ہے جھولی ودا جملہ تیرے حوالے کریں نا بابا جی بھیرا کربلا دی زینت بھین شام دی زینت میرے وطن نے گھر کچھی ادب دی ذاکری دن آلتے کو بیارے میں حسین دا ذاکرہ کریں گھر بے پہ سوچے بھیرا کربلا دی زینت بھین شام دی زینت کربلا تی شام جو فرق کتنے بھیجا باوزو کھڑا قبر حسین تی ہاتھ رکھ کے اللہ کو گواہ بنا کے بھی عدد ہے دعاوان کی تے جھوٹ بولا شبیر دزا کر رہا ہوا بھائی جان دو فرق ان کربلا تے شام دے بھی پہلا فرق دے سینا کیڑا ماتمی ہے جندہ ہاتھ ماتم کی تے نوٹ سی کیڑا زدار ہے جندہ آخر دوزو نوٹ سی
ਜਦਨੀ ਪਹਿਲਾ ਫਰਕ ਕਰਬਲਾ ਦੇ ਮੈਦਾਨ ਵਿੱਚ ਮਾਂ ਦੇ ਸਾਹਮਣੇ ਪੁੱਤਰ ਕੁਮਾਰਾ ਨੇ, ਸ਼ਾਮ ਦੇ ਬਾਜ਼ਾਰ ਵਿੱਚ ਪੁੱਤਰ ਦੇ ਸਾਹਮਣੇ ਮੁਸਲਮਾਨਾ ਮਾਂ ਕੁਮਾਰੇ। ਤੇਰਾ ਕੋਈ ਪੱਥਰ ਦੇ ਜ਼ਿਕਰ ਤਾਂ ਨਹੀਂ ਜੋ ਤੁਹਾਲੀਆ ਦੀ ਗੁਰਬਤ ਹੈ, ਮੈਂ ਕਰ ਸਕਦਾ ਭੇਜਣ ਦੂ ਜੋ ਫਰਕ ਵੀ ਦੱਸੇ ਨਾ। ਜਿਤਨੇ ਅਕਬਰ ਦੇ ਮਾਤਮੀ ਬੈਠੇ ਹੋ ਕਰਬਲਾ ਦੇ ਮੈਦਾਨ ਵਿੱਚ ਭੇਣ ਦੇ ਸਾਹਮਣੇ ਭਿਰਾ ਕੁਮਾਰਾ ਨੇ, ਸ਼ਾਮ ਦੇ ਬਾਜ਼ਾਰ ਵਿੱਚ ਭਿਰਾ ਦੇ ਸਾਹਮਣੇ ਭੈਣ ਕੁਮਾਰਾ ਨੇ, ਜਿਹੜੀ ਰੋ ਰੋ ਕੇ ਦੇ ਸਜਾ ਦੀ ਜ਼ਾਲਿਮ ਖਵਾਖ ਕੰਡ ਤੇ ਮਾਰੇ ਮੂੰਹ ਤੇ ਨਾ ਮਾਰੇ। ਵਾਹ 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 ਵਾਹ, ਮੈਨੂੰ ਲੱਖ ਵਾਰੀ ਲੱਖ ਵਾਰੀ ਅੱਖਾਂ ਦਾਦਾ ਤੇਰੇ ਜਵਾਨਾਂ ਦੀ ਜ਼ਿੰਦਗੀ ਦਰਾਜ਼ ਹੋਵੇ, ਬਸ ਅਲੀ ਦੀਆਂ ਧੀਆਂ ਤੈਨੂੰ ਆ ਸ਼ਾਮ ਦੇ ਬਾਹਰੋਂ। ਚਾਚਾ ਜੀ ਬਾਤ ਸਾਥ ਮਾਮਲਾ ਤੋਂ ਲੱਥੀਆਂ ਨਹੀਂ ਲਹਾਈਆਂ ਗਈਆਂ। ਭੇਜਣ ਤ੍ਰੈ ਦੀਆਂ ਦੇ ਬਾਅਦ ਬਾਜ਼ਾਰ ਸਜ ਗਏ, ਤ੍ਰੈ ਦੀ ਮੇਰੀ ਆਲੀ ਅਸੈਂ ਖੜੀ ਹੋਈ ਹੈ। ਆਖਰੀ ਲਾਜ਼ ਵੇਣ ਸ਼ੁਰੂ ਭਾਈ ਦੇ ਵਾਲੇ ਮੈਂਬਰ ਇਹ ਤੋਂ ਜ਼ਿਆਦਾ ਮੇਰੀ ਜ਼ਾਕਰੀ ਜਲਦੀ ਨਹੀਂ ਹੋ ਸਕਦੀ। ਬਾਜ਼ਾਰ ਸਜ ਗਏ, ਯਜ਼ੀਦ ਸਿਪਾਹੀ ਦੇ ਹੱਥੇ ਰੁਕਾ ਦਿੱਤੇ, ਵਾਂਜੋ ਕੈਦੀ ਕੁਲੇ ਹੈ ਜਿਹਦੀ ਕਮਰ ਝੁਕੀ ਹੋਈ ਹੈ। ਚਾਚਾ ਜੀ ਸਜਾਦ ਦੇ ਕਰੀਬ ਹੈ, ਅਦੇ ਕੈਦੀ ਮੇਰੇ ਇਮਾਮ ਨੇ ਭੇਜਣ ਕਮਰ ਸਿੱਧੀ ਕੀਤੀ, ਸਜਾਦ ਦੇ ਹੱਥ ਬਾਜੀ ਦੀਦ ਗਈ ਰੁਕੇ ਤੇ, ਬਿਮਾਰ ਦੇ ਵੇਣ ਵੱਧ ਗਏ। ਜਿਵੇਂ ਆਲੀ ਹਸਨ ਮਹਾਰੀ ਕੁਦਰ ਦੇ ਕੋਲ ਆ ਕੇ ਦੇ ਸਜਾਦ ਜੀ ਅੰਮਾ ਮਾਂ ਮਰ ਵਨੀਆਂ ਵੇਣ ਕਿਉਂ ਵੱਧ ਗਏ ਨੇ? ਅਦੇ ਮਜ਼ਾਲਮ ਦਾ ਹੁਕਮ ਹੈ, ਬਾਜ਼ਾਰ ਵਿੱਚ ਆਲੀਆ ਪੈਦਲ ਟੁਰ ਕੇ ਆ ਗਏ। ਬੀਬੀਏ ਦੇ ਸਜਾਦ ਮੈਂ ਟੁਰਦੀ ਹਾਂ, ਮੇਰੇ ਤ੍ਰੈ ਸਵਾਲ ਹੈ। ਅਦੇ ਅੰਮਾ ਕਿਹੜੇ ਸਵਾਲ? ਬੀਬੀਏ ਦੇ ਮੇਰੇ ਪਹਿਲਾ ਸਵਾਲ ਇੰਨਾ ਖੁਆ ਕੇ ਵਧੀਆ ਬੁਝਾਓ, ਇਹ ਅਦੇ ਸਭ ਵਧੀਆ ਨਹੀਂ ਬੁਝਦੇ। ਬੀਬੀਏ ਦੇ ਮੇਰੇ ਦੂਜਾ ਸਵਾਲ ਇੰਨਾ ਖੁਆ ਮੈਂ ਕੋਈ ਬਾਜ਼ਾਰ ਵਿੱਚ ਨਾ ਗੁਜ਼ਾਰੋ, ਪੱਥਰ ਨਾਲੇ ਜ਼ਾਲਿਮਾ ਦੇ ਤੂੰ ਜੋ ਅਦੀ ਨਾ ਗੁਜ਼ਾਰੋ, ਤੇਰੇ ਬਾਬੇ ਅਲੀ ਦੀ ਸ਼ਾਹੀ ਤਾਂ ਨਹੀਂ? ਤੀਜਾ ਸਵਾਲ ਬੀਬੀਏ ਦੇ ਇੰਨਾ ਵਾਕ ਮੈਂ ਸੱਚੀ ਮਾਂ ਦੀ ਦੀਆਂ ਚਾਦਰ ਦਿਓ ਮੈਂ ਬਾਜ਼ਾਰ ਅਬੂਰ ਕਰਕੇ ਬੁਲਾ ਕੇ। ਚਾਚਾ ਜੀ ਜਿਹੜਾ ਇਹਨਾਂ ਤ੍ਰੀਏ ਸਵਾਲ ਨਹੀਂ ਮੰਨੇ ਨਾ, ਮੇਰੀ ਸਹਿਣ ਜਲਾ ਨਹੀਂ ਚਾਹੀਏ। ਬਹਾਰੀ ਪੁੱਤਰ ਦੇ ਪਾਸੇ ਦੇਖ ਕੇ ਸਜਾਦ ਜੀ ਅੰਮਾ ਮੈਂ ਬਾਜ਼ਾਰ ਚ ਨਾ ਟੁੱਟਦੀ। ਬੱਤਾਂ ਨਾਲੇ ਜਿਹੜਾ ਬੀਬੀ ਆਖੇ ਜੋ ਮੈਂ ਬਾਜ਼ਾਰ ਚ ਨਾ ਟੁੱਟਦੀ, ਸਜਾਦ ਖੁਬੀ ਦੇ ਜਲਾਲ ਲਿਠੇ ਮੈਂ ਕਰੀਬ ਆ ਕਹਦੇ ਅੰਮਾ ਅੰਮਾ ਜੀ ਉਹ ਮੇਰਾ ਬਹਾਰੀ ਬਚੜਾ ਹੈ। ਆਦੇ ਅੰਮਾ ਤੋਂ ਨਹੀਂ ਟੁੱਟਦੀ ਤਾਂ ਵੱਧ ਤੌਹੀਦ ਨਹੀਂ ਬਚਦੀ, ਅੰਮਾ ਤੋਂ ਨਹੀਂ ਟੁੱਟਦੀ ਤਾਂ ਨਬੀਆਂ ਦੀ ਨਬੂਵਤ ਨਹੀਂ ਬਚਦੀ, ਅੰਮਾ ਤੋਂ ਨਹੀਂ ਟੁੱਟਦੀ ਤਾਂ ਕਰਬਲਾ ਸਜਦਾ ਮੇਰੇ ਬਾਬੇ ਹੁਸੈਨ ਦਾ ਨਹੀਂ ਬਚਦਾ। ਇਵੇਂ ਪੁੱਤਰ ਦੀ ਗੱਲ ਸੁਣ ਕੇ ਨਾ ਕਰੋੜਾ ਲਿਓ। ਮਹਾਰੀ ਪੁੱਤਰ ਦੇ ਪਾਸੇ ਦੇਖ ਕੇ ਹੈ ਸਜਾਦ ਮੈਂ ਟੁਰਾਂ ਤੌਹੀਦ ਬਚਦੀ ਏ, ਮੈਂ ਟੁਰਾਂ ਨਬੀਆਂ ਦੀ ਨਬੂਵਤ ਬਚਦੀ। ਆਦੇ ਹਾ ਮਾਂ ਬੀਬੀ ਅਦੇ ਤੋਂ ਨਰੋ ਬਾਜ਼ਾਰ ਜਾਣੇ ਮੈਂ ਜ਼ੈਨਬ ਜਾਣਾ। ਕਰੋੜਾ ਲਿਓ ਕਿਹੜਾ ਬੰਦੇ ਭਈ ਜਾਣ ਮਲਿਕ ਸਾਹਿਬ ਜਿਹੜਾ ਦਿਆਲੀ ਅਜੇ ਗੁਰਬਤ ਤੇ ਰੋਣ ਨਹੀਂ ਆਉਂਦਾ। ਝੋਲੀ ਵਧਾ ਜੁਮਲਾ ਤੇਰੇ ਹਵਾਲੇ ਕਰੇ ਨਾ ਅਕਬਰ ਦੇ ਮਾਦਮੀਓ ਬਿਮਾਰ ਪਹਿਲ ਕਦਮ ਚੈ ਵਧੋ ਛਾ ਕਦਮ ਚੈ। ਚਾਚਾ ਜੀ ਆਲੀ ਹਸੈਨ ਫਰਮੈਨੀ ਹੈ ਮਰ ਵਿਆ ਤ੍ਰੀਜਾ ਕਦਮ ਮੈਂ ਨ ਜਾਵਾ ਮੈਂ ਤ੍ਰੀਜਾ ਕਦਮ ਚੈ ਯਾ ਬਾਕਰ ਦੇ ਬਾਬੇ ਦਾ ਵੈਣ ਹੈ ਹਾਏ ਗਰੀਬੀ ਇਹੋ ਜਿਹੀਆਂ ਗੁਰਬਾਤਾਂ ਵੈਣ ਕੀ ਦੇ ਆਲੀਆ ਦੇ ਕਦਮ ਰੁਕੇ ਨ ਸਜਾਦ ਮੁੜ ਕੇ ਪਿੱਛਾ ਡਿੱਠੇ ਸੈਯਦਾ ਜਦੋਂ ਸਜਾਦ ਰਿੱਟੇ ਬੀਬੀਆਂ ਦੀਆਂ ਅੱਖਾਂ ਚੋਂ ਪਾਣੀ ਮੁੱਕ ਗਿਆ ਰਾਤ ਜਾਰੀ ਆਈ ਬੀਬੇ ਅਕਲ ਮਾਰ ਗਿਆ ਜੀ ਮੇਰੇ ਲੁੱਟੇ ਬੋਰ ਦਾ ਮਲਾਬ ਜੜਾ ਮਾਂ ਮਰ ਵਨੀਆ ਰਾਤ ਕਿਉਂ ਵੱਧ ਗਈ ਏ ਅਕਲ ਮਾਰ ਗਿਆ ਦੇ ਮਾਂ ਕਿਵੇਂ ਨਰੋਂ ਲੋਕ ਸ਼ਰਾਬ ਪੀਂਦੇ ਸਰਦਰ ਕੋਈ ਨੀ ਬੀਬੀਆਂ ਦੀ ਤੋਂ ਨਰੋ ਬਾਜ਼ਾਰ ਜਾਣੇ ਅਖਬਾਰ ਦੇ ਮਾਧਮੇ ਜੀ ਜੱਜ ਮੈਂ ਨੌਕਰ ਜਿਤਨੇ ਅਜ਼ਾਦਾਰ ਵੈਣ ਘਰ ਗਿਰਾਉਂਦੇ ਪਏ ਹੋ ਮਾਫ਼ੀ ਮੰਗ ਗਈ ਗਵੈਣ ਪੜ੍ਹਨਾ ਚਾਹੁੰਦਾ ਜੈ ਵੈਣ ਵਾਸਤੇ ਮੈਂ ਮਿਹਨਤ ਕੀਤੀ ਅੱਲਾ ਦਰਜਾਤ ਬੁਲੰਦ ਫਰਮਾਵੇ। ਚਾਚਾ ਜੀ ਮੇਰੇ ਦਾਦਾ ਉਸਤਾਦ ਮਰੋਮ ਸੁਲਤਾਨ ਜ਼ਾਕਰੀਨ ਅਹਿਮਦ ਭਾਈ ਭੱਟੀ ਮਰੋਮ ਕੋ ਕਰੋੜਾ ਲਿਓ ਪੜ੍ਹਦੇ ਰਹਿੰਦੇ ਨੇ ਸ਼ੀਓ ਸ਼ਾਮ ਦੀ ਕੋਈ ਔਰਤ ਐਸੀ ਨਹੀਂ ਜਿਹਦਾ ਹੱਥ ਖਾਲੀ ਹੋਵੇ ਬਈ ਜਨ ਸ਼ਾਮ ਦੀ ਔਰਤਾਂ ਮਕਾਨਾਂ ਦੀਆਂ ਛੱਤਾਂ ਤੇ ਸਵਾਰ ਸੈਯਦਾਦਾ ਹੀ ਗੌਰਤ ਪਏ ਜਾਣ ਜਿਹਦੇ ਹੱਥ ਚ ਵਜਨੀ ਪੱਥਰ ਨਾਲ ਵਾਲੀ ਔਰਤ ਇਸ਼ਾਰਾ ਕੀਤੇ ਹੱਗਣ ਮਾਰ ਗਿਆ ਦੀ ਬੀਬੀ ਜਦੋਂ ਬਾਗੀ ਦਸਾਰਾ ਵੇ ਮੈਂ ਗੁੰਡ ਸੇ ਮੈਂ ਪੱਥਰ ਮਰੇ ਸਾਂ
کروڑا لے میں کو منبر دی عظمت دی قسم اے عورت آکھنا بھیا لم یا اکبر دے بابے دے سارا لسان دیوار دے نال لگی عورت اشارہ کر کے دی مار ایو باغی عورت آکھنا عورت پتھر والا ہاتھ بلان کے دے کروڑا لے غریب دی چار سالاں دی دھی ماسوما دی دید پئی اے جلدی دے نال ٹریے آلیا دے کولا گیا دی پھوپی اما او دیکھ عورت میرے بابے کو پتھر پئی مرے دی ماسوما دا آکھنا آلیا دوئے تھن نال وال ہٹین آلیا دی آواز پئی آندی اے سیدہ ہار پئی مارے تو نہ مار کروڑا لے دی کہہ دین دی بھی ہار پئی مارے میں کیوں نہ مارا آلیا دی آواز پئی آندی اے سوچ کے مارا دی کہہ دین بی بی کیا سوچا آلیا دی آواز آندی اللہ دے نا تیرے سے آ کدائی مدینے گئی ہاوے آدھی اکھے دن بی بی پورے ترے سال علی دی نوکری کرے نہیں رہیا نوکری دا نام ہے بی بی آدھی ہون بے شک مار سجاڑا میں آلیا او حسین آدھی میں من ونیا تو زینب او حسین اللہ دے نا تیرے سے آ او کن گیا ہے ماتم نہیں آدالی دی غربت جی بابا میں نوکر جتنے ازادار مہین کر کے روندے پے ہو چاچا جی مہین ہو پیا پردا جی نہ مہینہ تے مجل سمو کو نہیں بھائی تکی ابا اسا علیا دے قریب آئیے سید علیا دے قدماں تے ہاتھ رکھے آدی میں مان وے نی تو زینب او حسین اللہ دے نا تے دسیا تیرے پھرا دا سر جدا کہیں گی تے علیا دی آواز آندی او سامنے شمر کھڑے آدی بی بی اللہ دے نا تے دسیا کہ رنگ جدا کیتے آلیا سین مٹی تے چھنیے بی بی رو کیا دیا سیدہ نروا پہلے زخمی کانڈتے ہائیو زانو رکھیا وات زلفا مچا ہاتھ پایا او کاد کاد سایا